सरकार के स्कीम का लाभार्थियों को नहीं मिल रहा फायदा, कहा विराट देवगन ने। एडीसी को दी शिकायत, डिपो होल्डर की हो जांच। पार्षद पुत्र विराट देवगन ने आज डिपो होल्डर के खिलाफ एक शिकायत एडीसी कार्यालय में की, जिसमें उन्होंने कहा कि सरकार की स्कीम का लाभार्थियों को फायदा नहीं मिल रहा, इसे लेकर किसी सरकारी एजेंसी द्वारा जांच होनी चाहिए। इसी के साथ उन्होंने कहा कि उनकी माता को हजारों लोगों ने चुनकर निगम में भेजा है। उनकी वार्ड से कई लोगों ने आरोप लगाया कि उन्हें सरकारी स्कीम द्वारा दी जा रही कनक आटा स्कीम के तहत लाभ नहीं मिल रहा। इस संबंध में आज वे एडीसी कार्यालय में शिकायत देने आए हैं। जदों का कोरोना काल शुरू होया उदों तो लैके हुण तक सारिया स्टेट गौरमेंट्स नूं सेंटर गौरमेंट के वलों कणक दिती जा रही है, उन्हां बेनीफिशरी 100% फ्री, एक दे 2 रुपये किलो वाली मिलती है। लेकिन करोना काल दे विच कुछ प्रवासी या कुछ जिहड़े बहुत गरीब लोग जिन्हां दा कारोबार छुट गया, उन्हां दे वास्ते फ्री ऑफ कॉस्ट कणक जिहड़ी है आ रही है। लेकिन मैनूं पिछले लंबे समय तो कंप्लेंट्स आ रही सी बेनीफिशरीज़ दियां, जिहड़े मेरे एरिए दे सी दस रहे सी कि डिपो होल्डर्स ने जिहड़े उन्हां नूं कणक जिहड़ी फ्री वाली है नहीं दिंदे। उहदे रिगार्डिंग फूड कमिशन नूं लिखिया सी, सरकार नूं लिखिया सी, और एडीसी साहब दे वल्लों एक लैटर आई सी कि इत्थे आ के दस्या जावे की प्रॉब्लम हैगी है। बेसिकली लैटर दे विच ते ये भी लिखिया सी कि सानू सबूत लैके आया जान। कदों आई सी लैटर? ये 3-4 दिन पहले लैटर आई सी, और पर चांस एडीसी साहब इत्थे अवेलेबल नहीं मिले। मैं तो उन्होंने पूछना भी चाहता सी एडीसी साहब कि मैनू मेरे माता जी ने एक 10,000 के करीब लोगों ने चुन के अपनी आवाज़ बना के सरकार दे विच भेजिया कि साढ़े हक की गल करो, साड़ी डिवेलपमेंट की गल करो, साढ़े नाल जिहड़ी बेइंसाफी हुंदी है उहदी गल करो। लेकिन मेरी कोई सबूत इकट्ठा करन दी कोई एजेंसी नहीं हैगी, मैं कोई CBI CDI जां इनफोर्समेंट डिपार्टमेंट नहीं खोलिया होया। उहदे वास्ते तुहाडे डिपार्टमेंट खुले है, उन्हां नूं तुसीं लगा सकदे हो। मैं ते कंप्लेंटेंट आ, मेरे कोल अपना 2, 4, 5, 10, 50 कंप्लेंटेंट आए लै के, कोई राशन नहीं मिलता, किसी नूं घट मिलता है, किसी नूं तोल च फर्क हुंदा, किसी नूं मिलता ही नहीं। ਉਹਦੀ ਆਵਾਜ਼ ਮੈਂ ਸਰਕਾਰ ਤੱਕ ਦੱਸੀ ਸੀ, ਔਰ ਇਹਦੇ ਵਾਸਤੇ ਇੱਕ ਏਜੰਸੀ ਕੋਲੋਂ, ਕਿਸੇ ਵੀ ਇੱਕ ਵਿਜੀਲੈਂਸ ਕੋਲੋਂ, ਕਿ ਜਿੱਥੋਂ ਮਰਜ਼ੀ ਤੁਸੀਂ ਜਾਂਚ ਕਰਾਓ, ਲਿਖ ਕੇ ਭੇਜੋ। ਮੇਰੀ ਕੰਪਲੇਂਟ ਕਿਸੇ ਇੱਕ ਇੰਸਪੈਕਟਰ ਦੇ ਖਿਲਾਫ਼, ਕਿਸੇ ਇੱਕ ਡਿਪੂ ਹੋਲਡਰ ਦੇ ਖਿਲਾਫ਼ ਨਹੀਂ ਹੈਗੀ। ਅਸੀਂ ਤਾਂ ਵਿਵਸਥਾ ਨੂੰ ਚੇਂਜ ਕਰਨਾ ਚਾਹੁੰਦੇ ਹਾਂ। ਅਸੀਂ ਐਜੂਕੇਸ਼ਨ ਦਾ ਕੰਮ ਕਰਦੇ ਸੀ, ਜੇ 5-6 ਸਾਲ ਪਹਿਲੇ ਇਸ ਸਿਸਟਮ ਦੇ ਵਿੱਚ ਆਏ ਹਾਂ, ਰਾਜਨੀਤੀ ਦੇ ਵਿੱਚ ਆਏ ਹਾਂ, ਵਿਵਸਥਾ ਨੂੰ ਸੁਧਾਰਨ ਦੇ ਵਾਸਤੇ ਆਏ ਹਾਂ। ਜੇ ਵਿਵਸਥਾ ਨੂੰ ਸੁਧਾਰਨ ਦੇ ਵਿੱਚ ਆਪਣਾ ਯੋਗਦਾਨ ਹੀ ਨਹੀਂ ਦੇ ਪਾਏ, ਫਿਰ ਫਾਇਦਾ ਕੀ ਹੈ? ਅਗੋ ਇਲੈਕਸ਼ਨ ਵਿਰਾਟ ਜੀ, ਕੀ ਕਾਰਨ ਨੈਕਸਸ ਟੁੱਟਦਾ ਨਹੀਂ ਹੈ? ਤੁਸੀਂ ਫੇਕ ਕਾਰਡ ਦੀ ਵੀ ਬੜੀ ਗੱਲ ਕੀਤੀ ਹੈ। ਅਵੇਅਰਨੈਸ ਨਹੀਂ ਹੈਗੀ ਜਨਤਾ ਦੇ ਵਿੱਚ, ਅਵੇਅਰਨੈਸ ਨਹੀਂ ਹੈਗੀ, ਔਰ ਬਹੁਤ ਸਾਰੇ ਜਿਹੜੇ ਅੱਛੇ ਲੋਕ ਜਿਹੜੇ ਨੇ ਪੋਲੀਟੀਸ਼ੀਅਨਸ ਨੇ, ਉਹਨਾਂ ਨੂੰ ਆਪਣੀ ਸੋਚ ਬਦਲਣੀ ਪਊਗੀ। ਸਰਪੰਚ ਲੈਵਲ ਤੋਂ, ਕੌਂਸਲਰ ਲੈਵਲ ਤੋਂ, MLA ਲੈਵਲ ਤੋਂ ਜਦੋਂ ਇੱਕ ਇਸ ਸਿਸਟਮ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾਊਗੀ, ਸਿਸਟਮ ਨੂੰ ਸੁਧਾਰਨ ਦੇ ਵਾਸਤੇ, ਜਿਹੜੇ ਕੋਈ ਨੈਕਸਿਸ ਦੇ ਵਿੱਚ ਜ਼ਿੰਮੇਵਾਰ ਅਫਸਰ ਚਾਹੇ ਕੋਈ ਲੀਡਰ ਹੈ, ਉਹਦੇ ਖਿਲਾਫ਼ ਜਦੋਂ ਕਾਰਵਾਈ ਹੋਊਗੀ, ਉਹ ਸਲਾਖਾਂ ਦੇ ਪਿੱਛੇ ਜਦੋਂ ਜਾਣਗੇ, ਫਿਰ ਇਹ ਨੈਕਸਿਸ ਟੁੱਟ ਸਕਦਾ। ਦੇਖੋ, ਰਿਟਰਨ ਦੇ ਵਿੱਚ ਬਹੁਤ ਸਾਰੇ ਆਪਣਾ ਡਿਪੂ ਹੋਲਡਰਸ ਦੇ ਖਿਲਾਫ਼ ਕੰਪਲੇਂਟਾਂ ਆਉਂਦੀਆਂ, ਜਿਹੜੀਆਂ ਕਾਪੀਜ਼ ਹੈ ਮੈਂ ਦੇ ਦਿੱਤੀਆਂ ਉਹਨਾਂ ਨੂੰ, ਵੀ ਇਹਨਾਂ ਇਹਨਾਂ ਡਿਪੂਸ ਦੇ ਖਿਲਾਫ਼ ਉਹਨਾਂ ਨੇ ਦਿੱਤੀ ਹੈ। ਲੇਕਿਨ ਮੈਂ ਅੱਜ ਦੀ ਡੇਟ ਦੇ ਵਿੱਚ ਜੇ ਅਵੇਅਰਨੈਸ ਦੀ ਗੱਲ ਕਰਾਂ, ਜੇ ਮੈਂ ਆਪਣੀ ਜਾਣਕਾਰੀ ਦੀ ਗੱਲ ਕਰਾਂ, ਪੂਰੇ ਅੰਮ੍ਰਿਤਸਰ 'ਚ ਵਿਵਸਥਾ ਵਿਗੜੀ ਪਈ ਹੈ। ਤੁਸੀਂ ਕਿਸੇ ਵੀ ਡਿਪੂ ਲੈ, ਮੈਂ ਇਹਨਾਂ ਨੂੰ ਇੱਕ ਸਿੰਪਲ ਜੀ ਗੱਲ ਕਹੀ ਹੈ, ਜੇ ਮੇਰੇ ਏਰੀਏ ਦੇ ਵਿੱਚ 1,000, 1,200 ਜਾਂ 1,500 ਬੈਨੀਫਿਸ਼ਰੀ ਹੈ, ਤੁਸੀਂ ਉਹਦਾ ਡਾਟਾ ਦਿਓ। ਅੱਜ ਪੰਜਾਬ ਸਰਕਾਰ ਨੇ, ਅੱਜ ਤੋਂ 1-2 ਸਾਲ ਪਹਿਲੇ ਕਾਨੂੰਨ ਬਣਾਤਾ ਸੀ, ਕੋਈ ਵੀ ਡਿਪੂ ਹੋਲਡਰ ਦਾ ਜਿਹੜਾ ਬੈਨੀਫਿਸ਼ਰੀ ਹੈ ਕਿਤੋਂ ਵੀ ਰਾਸ਼ਨ ਲੈ ਸਕਦਾ, ਠੀਕ ਹੈ? ਅੱਜ ਵੀ ਉਹ ਇੰਪਲੀਮੈਂਟ ਨਹੀਂ ਹੈਗਾ ਪ੍ਰੋਪਰ ਤਰੀਕੇ ਦੇ ਨਾਲ, ਕਿਉਂ ਨਹੀਂ ਹੈ? ਜਦਕਿ ਸਮਾਰਟ ਕਾਰਡ ਵੀ ਬਣ ਗਏ ਹੈ, ਅੱਜ ਵੀ ਇੱਕ ਡਿਪੂ ਹੋਲਡਰ ਜਿਹੜਾ ਹੈਗਾ ਬੈਨੀਫਿਸ਼ਰੀ ਹੈ, ਦੂਸਰੇ ਡਿਪੂ 'ਤੇ ਜਦੋਂ ਲੈਣ ਜਾਂਦਾ, ਉਹਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੈ, ਘੱਟ ਦਿੱਤਾ ਜਾਂਦਾ ਹੈ, ਉਹਦੇ ਨਾਲ ਮਿਸਬਿਹੇਵ ਕੀਤਾ ਜਾਂਦਾ। ਅਸੀਂ ਇਸ ਖਿਲਾਫ਼, ਇਸ ਸਿਸਟਮ ਦੇ ਖਿਲਾਫ਼। ਵਿਰਾਟ ਜੀ, ਜਿਹੜੇ ਤੁਸੀਂ ਡਾਟਾ ਦੀ ਗੱਲ ਕੀਤੀ, ਅਗਰ ਡਾਟਾ ਮਿਲਦਾ ਤਾਂ ਆਪਾਂ ਉੱਤੇ ਕੀ ਇਨਵੈਸਟੀਗੇਸ਼ਨ ਕਰਾਂਗੇ, ਅਗਰ ਕੋਈ ਫੇਕ ਕਾਰਡ ਹੈ ਜਾਂ ਜਿਹੜੇ ਦੂਸਰੇ ਕਾਰਡ ਉੱਤੇ? ਇਹ ਮੈਨੂੰ ਡਾਟਾ ਦੇ ਦੇਣ, ਮੇਰੀ ਵਾਰਡ ਦਾ 70 ਨੰਬਰ ਵਾਰਡ ਦਾ ਡਾਟਾ ਦੇ ਦੇਣ ਵੀ ਤੁਹਾਡੀ ਵਾਰਡ ਦੇ ਵਿੱਚ 1100 ਇੰਨੇ, 1200 ਇੰਨੇ ਜਾਂ 800 ਇੰਨੇ ਕਾਰਡ ਹੈਗੇ, ਬੈਨੀਫਿਸ਼ਰੀ ਹੈਗੇ ਆ। ਆਪਾਂ ਥੋੜ੍ਹੀ ਜਿਹੀ ਮਿਹਨਤ ਕਰਕੇ ਘਰ ਘਰ ਜਾ ਕੇ ਡਾਟਾ ਬਣਾ ਲਾਂਗੇ, ਸਾਰਿਆਂ ਦੇ ਕੋਲੋਂ ਪੁੱਛ ਲਵਾਂਗੇ, ਉਹਦੇ ਨਾਲ ਐਗਜੈਕਟ ਡਾਟਾ ਮਿਲ ਜਾਏਗਾ। ਕਹਿਣ ਦਾ ਮਤਲਬ ਹੈ, ਮੇਰੇ ਕੋਲ 2 ਬੰਦੇ ਆ ਗਏ, 4 ਆ ਗਏ, 10 ਆ ਗਏ ਜਾਂ 15 ਆ ਕੇ ਦੱਸਦੇ ਆਪਣੀ ਕੰਪਲੇਂਟ, ਉਹਦੇ ਨਾਲ ਐਗਜੈਕਟ ਡਾਟਾ ਆ ਜਾਏਗਾ। ਜੇ ਇਹਨਾਂ ਨੂੰ ਇੰਨੇ ਪਰਸਨਸ ਦਾ, 1200 ਪਰਸਨਸ ਦਾ ਜੇ ਮੰਨ ਲਓ ਰਾਸ਼ਨ ਆਇਆ ਹੈ, ਉਹਨਾਂ ਦੇ ਵਿੱਚੋਂ ਕਿੰਨਾ ਆਇਆ, ਅਲੋਟ ਹੋਇਆ, ਔਰ ਕਿੰਨੇ ਬੰਦੇ ਨੂੰ ਇਹਨਾਂ ਨੇ ਦੇਤਾ, ਜੇ 100, 200, 500 ਜਿੰਨੇ ਵੀ ਹੋਣਗੇ, ਜੇ ਨਹੀਂ ਹੋਣਗੇ ਤਾਂ ਵੀ ਸਾਹਮਣੇ ਆ ਜਾਣਗੇ, ਜੇ ਹੋਣਗੇ ਉਹਦੇ ਵਾਸਤੇ ਜਿਹੜੇ ਬੰਦੇ ਜ਼ਿੰਮੇਵਾਰ ਹੈਗੇ ਆ ਉਹਨਾਂ ਨੂੰ ਫੜ ਕੇ ਅੰਦਰ ਦੇਣੇ। ਬਿਲਕੁਲ ਨਹੀਂ ਟੁੱਟਿਆ, ਉਹਦੇ ਖਿਲਾਫ਼ ਤਾਂ ਅਸੀਂ ਆਏ ਹਾਂ, ਲੈ ਕੇ ਕੰਪਲੇਂਟ ਲੈ ਕੇ ਆਏ ਹਾਂ, ਉਹਦੇ ਖਿਲਾਫ਼ ਤਾਂ ਅਸੀਂ ਆਪਣਾ ਆਵਾਜ਼ ਬੁਲੰਦ ਕਰਨ ਦੇ ਵਾਸਤੇ ਆਏ ਹਾਂ। ਗਲਤ ਹੈਗਾ ਸਿਸਟਮ ਜੋ ਚੱਲ ਰਿਹਾ। ਨਾਨਕ ਦੇਵ ਸੇਵਾ ਸੁਸਾਇਟੀ ਵੱਲੋਂ, ਇਹ ਸਾਸੀ ਸੁਸਾਇਟੀ ਜਿਹੜੀ ਹੈ ਚੰਗੇ ਕੰਮ ਕਰਦੀ ਹੈ, ਪੌਦੇ ਲਗਾਉਂਦੀ ਹੈ, ਲੋਕਾਂ ਦੇ ਪ੍ਰੋਬਲਮ ਸੁਣਦੀ ਹੈ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ।
ਇਹ ਜਿਹੜੀ ਇੱਕ ਸਮੱਸਿਆ ਲੈ ਕੇ ਅੱਜ ਅਸੀਂ ਏ ਡੀ ਸੀ ਸਾਹਿਬ ਕੋਲ ਆਏ ਹਾਂ, ਇਹ ਇੱਕ ਸਮੱਸਿਆ ਜੇ ਦੇਖੀ ਜਾਵੇ ਤਾਂ ਬੜੀ ਗੰਭੀਰ ਹੈ। ਜਿਸ ਗਰੀਬ ਦੇ ਘਰ ਖਾਣ ਨੂੰ ਅੰਨ ਨਹੀਂ ਪਹੁੰਚਦਾ, ਤੁਸੀਂ ਇਮੈਜਿਨ ਕਰੋ ਕਿ ਉਹਦਾ ਹਾਲ ਕੀ ਹੁੰਦਾ। ਤੁਸੀਂ 2 ਕਿਲੋ 4 ਕਿਲੋ 5 ਕਿਲੋ ਜੇ ਅਲੋਟ ਕਰਨੀ ਹੈ ਕਣਕ, ਉਹ ਗਰੀਬ ਦੇ ਘਰ ਪਹੁੰਚਣੀ ਚਾਹੀਦੀ ਹੈ।